ਕੈਨੇਡਾ ਤੋਂ ਚਾਵਾਂ ਦੇ ਨਾਲ ਨੌਜਵਾਨ ਆਪਣੇ ਮਾਪਿਆਂ ਨੂੰ ਮਿਲਣ ਆਇਆ ਹੋਇਆ ਸੀ। ਕਾਫੀ ਖੁਸ਼ੀ ਦਾ ਮਾਹੌਲ ਸੀ, ਘਰਦਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਪਤਾ ਨਹੀਂ ਸੀ ਕਿ ਖੁਸ਼ੀ ਨੂੰ ਇੰਜ ਕਿਸੇ ਦੀ ਨਜ਼ਰ ਲੱਗੇਗੀ, ਕਿਸੇ ਨੂੰ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸੋ ਤਸਵੀਰਾਂ ਬੇਹੱਦ ਹੀ ਭਾਵੁਕ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ। ਕੈਨੇਡਾ ਤੋਂ ਛੁੱਟੀ 'ਤੇ ਆਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਪ੍ਰੀਤ 22 ਜੂਨ ਨੂੰ ਛੁੱਟੀ 'ਤੇ ਆਇਆ ਹੋਇਆ ਸੀ। ਪਹਿਲਾਂ ਉਹਨਾਂ ਦੀ ਨੂੰਹ ਕੈਨੇਡਾ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦਾ ਪੁੱਤ ਕਰਨਪ੍ਰੀਤ ਵੀ ਕੈਨੇਡਾ ਚਲਾ ਗਿਆ। ਹੁਣ 23 ਜੁਲਾਈ ਨੂੰ ਕਰਨਪ੍ਰੀਤ ਸਿੰਘ ਜੋ ਘਰੋਂ ਬਾਜ਼ਾਰ ਦੇ ਲਈ ਕੋਈ ਚੀਜ਼ ਜਿਹੜਾ ਲੈਣ ਗਿਆ ਸੀ, ਲੇਕਿਨ ਵਾਪਿਸ ਘਰ ਪਰਤਿਆ ਨਹੀਂ, ਪਰ ਪੁੱਤ ਦੀ ਭਾਲ ਕਾਫੀ ਕੀਤੀ ਮਾਪਿਆਂ ਨੇ। ਤੇ ਪਤਾ ਲੱਗਦਾ ਹੈ ਕਿ ਕਰਨਪ੍ਰੀਤ ਸਿੰਘ ਦੀ ਸਕੂਟਰੀ ਭਾਖੜਾ ਨਹਿਰ ਦੇ ਕੰਢੇ ਪਈ ਹੈ, ਜਿਸ ਤੋਂ ਬਾਅਦ ਮਾਪਿਆਂ ਦੀਆਂ ਤਾਹਾਂ ਨਿਕਲ ਜਾਂਦੀਆਂ ਨੇ। ਸਕੂਟਰੀ ਮਿਲਣ ਤੋਂ ਬਾਅਦ ਪਰਿਵਾਰ ਤੇ ਰਿਸ਼ਤੇਦਾਰ ਪਿਛਲੇ 7 ਦਿਨਾਂ ਤੋਂ ਕਰਨਪ੍ਰੀਤ ਦੀ ਭਾਲ ਕਰ ਰਹੇ ਸੀ। ਤੇ ਪਤਾ ਲੱਗਦਾ ਹੈ ਕਿ ਕਰਨਪ੍ਰੀਤ ਦੀ ਲਾਸ਼ ਜਿਹੜੀ ਆ ਭਾਖੜਾ ਦੇ ਵਿੱਚ ਪਈ ਹੋਈ ਹੈ। ਤੇ ਹੁਣ ਇਸ ਵਕਤ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ, ਕਿਉਂਕਿ ਉਹਨਾਂ ਦਾ ਪੁੱਤ ਉਹਨਾਂ ਦੇ ਵਿੱਚ ਨਹੀਂ ਰਿਹਾ। ਸ਼ਾਇਦ ਮਾਪੇ ਸੋਚ ਰਹੇ ਹੋਣਗੇ ਕਿ ਕੈਨੇਡਾ ਤੋਂ ਹੀ ਉਹਨਾਂ ਦਾ ਪੁੱਤ ਵਾਪਿਸ ਨਾ ਆਉਂਦਾ, ਤਾਂ ਉਹਨਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਕੈਨੇਡਾ ਤੋਂ ਚਾਵਾਂ ਦੇ ਨਾਲ ਨੌਜਵਾਨ ਆਪਣੇ ਮਾਪਿਆਂ ਨੂੰ ਮਿਲਣ ਆਇਆ ਹੋਇਆ ਸੀ। ਕਾਫੀ ਖੁਸ਼ੀ ਦਾ ਮਾਹੌਲ ਸੀ, ਘਰਦਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਪਤਾ ਨਹੀਂ ਸੀ ਕਿ ਖੁਸ਼ੀ ਨੂੰ ਇੰਝ ਕਿਸੇ ਦੀ ਨਜ਼ਰ ਲੱਗੇਗੀ, ਕਿਸੇ ਨੂੰ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸੋ ਤਸਵੀਰਾਂ ਬੇਹੱਦ ਹੀ ਭਾਵੁਕ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ। ਕੈਨੇਡਾ ਤੋਂ ਛੁੱਟੀ 'ਤੇ ਆਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਪ੍ਰੀਤ 22 ਜੂਨ ਨੂੰ ਛੁੱਟੀ 'ਤੇ ਆਇਆ ਹੋਇਆ ਸੀ। ਪਹਿਲਾਂ ਉਹਨਾਂ ਦੀ ਨੂੰਹ ਕੈਨੇਡਾ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦਾ ਪੁੱਤ ਕਰਨਪ੍ਰੀਤ ਵੀ ਕੈਨੇਡਾ ਚਲਾ ਗਿਆ। ਹੁਣ 23 ਜੁਲਾਈ ਨੂੰ ਕਰਨਪ੍ਰੀਤ ਸਿੰਘ ਜੋ ਘਰੋਂ ਬਾਜ਼ਾਰ ਦੇ ਲਈ ਕੋਈ ਚੀਜ਼ ਜਿਹੜਾ ਲੈਣ ਗਿਆ ਸੀ, ਲੇਕਿਨ ਵਾਪਿਸ ਘਰ ਪਰਤਿਆ ਨਹੀਂ, ਪਰ ਪੁੱਤ ਦੀ ਭਾਲ ਕਾਫੀ ਕੀਤੀ ਮਾਪਿਆਂ ਨੇ। ਤੇ ਪਤਾ ਲੱਗਦਾ ਹੈ ਕਿ ਕਰਨਪ੍ਰੀਤ ਸਿੰਘ ਦੀ ਸਕੂਟਰੀ ਭਾਖੜਾ ਨਹਿਰ ਦੇ ਕੰਢੇ ਪਈ ਹੈ, ਜਿਸ ਤੋਂ ਬਾਅਦ ਮਾਪਿਆਂ ਦੀਆਂ ਤਾਹਾਂ ਨਿਕਲ ਜਾਂਦੀਆਂ ਨੇ। ਸਕੂਟਰੀ ਮਿਲਣ ਤੋਂ ਬਾਅਦ ਪਰਿਵਾਰ ਤੇ ਰਿਸ਼ਤੇਦਾਰ ਪਿਛਲੇ 7 ਦਿਨਾਂ ਤੋਂ ਕਰਨਪ੍ਰੀਤ ਦੀ ਭਾਲ ਕਰ ਰਹੇ ਸੀ। ਤੇ ਪਤਾ ਲੱਗਦਾ ਹੈ ਕਿ ਕਰਨਪ੍ਰੀਤ ਦੀ ਲਾਸ਼ ਜਿਹੜੀ ਆ ਭਾਖੜਾ ਦੇ ਵਿੱਚ ਪਈ ਹੋਈ ਹੈ। ਤੇ ਹੁਣ ਇਸ ਵਕਤ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ, ਕਿਉਂਕਿ ਉਹਨਾਂ ਦਾ ਪੁੱਤ ਉਹਨਾਂ ਦੇ ਵਿੱਚ ਨਹੀਂ ਰਿਹਾ। ਸ਼ਾਇਦ ਮਾਪੇ ਸੋਚ ਰਹੇ ਹੋਣਗੇ ਕਿ ਕੈਨੇਡਾ ਤੋਂ ਹੀ ਉਹਨਾਂ ਦਾ ਪੁੱਤ ਵਾਪਿਸ ਨਾ ਆਉਂਦਾ, ਤਾਂ ਉਹਨਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਚੱਲਣ